ਸਤਿ ਸ਼੍ਰੀ ਅਕਾਲ ਦੋਸਤੋ, ਪੀਟੀਸੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਅਕਸ਼ੀ ਦਰਿਆ। ਅੱਜ ਅਸੀਂ ਅੰਮ੍ਰਿਤਸਰ ਦੇ ਵਿਰਸਾ ਵਿਹਾਰ ਵਿੱਚ ਪਹੁੰਚ ਚੁੱਕੇ ਹਾਂ, ਜਿੱਥੇ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ। ਗੱਲ ਕਰਾਂਗੇ ਬਾਕੀ ਲੋਕਾਂ ਨਾਲ ਐਂਡ ਜਾਣਾਂਗੇ ਲੋਹੜੀ ਦੇ ਤਿਉਹਾਰ ਵਿੱਚ ਉਹ ਕੀ ਮਹਿਸੂਸ ਕਰਦੇ ਨੇ ਤੇ ਬਾਕੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ। ਦੇਖੋ, ਲੋਹੜੀ ਤਾਂ ਇੱਕ ਸੈਲੀਬ੍ਰੇਸ਼ਨ ਹੈ ਔਰ ਇਹ ਕਹਿ ਲਓ ਕਿ ਹਰ ਸਾਲ ਦੀ ਇੱਕ ਜਿਹੜੀ ਸ਼ੁਰੂਆਤ ਦੀ ਆਮਦ ਹੈ ਔਰ ਸਾਲ ਨੂੰ ਜੀ ਆਇਆ ਕਹਿਣ ਵਾਸਤੇ ਆ। ਔਰ ਇਹ ਲੋਹੜੀ ਜਿਹੜੀ ਹੈ ਕਹਿ ਲਓ ਕਿ ਇੱਕ ਨਿੱਘ ਦੇ ਅਹਿਸਾਸ ਦਾ ਨਾਮ ਹੈ। ਔਰ ਜਦੋਂ ਸਾਡੇ ਘਰਾਂ ਦੇ ਵਿੱਚ ਕੋਈ ਨਵਾਂ ਜੀ ਆਉਂਦਾ, ਚਾਹੇ ਉਹ ਵਿਆਹ ਕੇ ਘਰ ਦੇ ਵਿੱਚ ਨੂੰਹ ਆਈ ਹੋਵੇ ਜਾਂ ਬੇਟੇ ਦੀ ਸ਼ਾਦੀ ਹੋਈ ਹੋਵੇ, ਉਸ ਨੂੰ ਵੀ ਅਸੀਂ ਵੈਲਕਮ ਕਰਦੇ ਹਾਂ ਲੋਹੜੀ ਦੇ ਤਿਉਹਾਰ ਦਾ। ਅਸੀਂ ਘਰ ਦੇ ਵਿੱਚ ਜਦੋਂ ਬੱਚਾ ਜੰਮਦਾ, ਉਹ ਚਾਹੇ ਧੀ ਹੋਵੇ ਪੁੱਤ ਹੋਵੇ, ਉਹਨੂੰ ਵੀ ਅਸੀਂ ਲੋਹੜੀ ਦੇ ਤਿਉਹਾਰ ਦੇ ਵਿੱਚ ਜਿਹੜਾ ਵੈਲਕਮ ਕਰਦੇ ਹਾਂ। ਔਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਇਹ ਨਵੇਂ ਜੀ ਆਉਣ, ਇਹ ਪਰਿਵਾਰ ਦੇ ਵਿੱਚ ਰਿਸ਼ਤਿਆਂ ਨੂੰ ਇਸੇ ਨਿੱਘ ਦੇ ਨਾਲ, ਇਸੇ ਅਹਿਸਾਸ ਦੇ ਨਾਲ ਜਿਹੜੇ ਉਹ ਰਿਸ਼ਤੇ ਜਿਹੜੇ ਹਮੇਸ਼ਾ ਬਰਕਰਾਰ ਰਹਿਣ। ਸੋ ਲੋਹੜੀ ਦੇ ਇਸ ਪਵਿੱਤਰ ਮੌਕੇ ਤੇ, ਖੂਬਸੂਰਤ ਦਿਹਾੜੇ ਤੇ ਸਾਰਿਆਂ ਨੂੰ ਬਹੁਤ ਮੁਬਾਰਕਾਂ। ਔਰ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਕਿ ਸਾਰਾ ਸਾਲ ਹੈ ਇਸੇ ਤਰ੍ਹਾਂ ਨਿੱਘ ਦੇ ਅਹਿਸਾਸ ਦੇ ਨਾਲ ਜਿਹੜਾ ਕਿ ਸਾਡੀ ਜ਼ਿੰਦਗੀ ਜਿਹੜੀ ਆ ਕਿ ਅੱਗੇ ਤੋਂ ਅੱਗੇ ਸੋਹਣੀ ਬਣਦੀ ਹੈ। ਤੇ ਬਹੁਤ ਬਹੁਤ ਮੁਬਾਰਕਾਂ ਮੇਰੇ ਵੱਲੋਂ ਸਾਰਿਆਂ ਨੂੰ ਲੋਹੜੀ ਦੀ। ਯਹਾਂ ਪੇ ਹਮ ਸਭ ਲੋਗ ਲੋਹੜੀ ਸੈਲੀਬ੍ਰੇਟ ਕਰ ਰਹੇ ਹੈ, ਤੋ ਲੋਹੜੀ ਕਾ ਆਪਣਾ ਹੀ ਮਜ਼ਾ ਹੈ। ਪੰਜਾਬ ਕਾ ਹੀ ਫੈਸਟੀਵਲ ਹੈ, ਬਹੁਤ ਇੰਜੋਏ ਕਰਦੇ ਹੈ। ਸੋ ਦੋਸਤੋ, ਤੁਸੀਂ ਵੀ ਯਾਰ ਨੀਚੇ ਕਮੈਂਟ ਬਾਕਸ ਤੇ ਜ਼ਰੂਰ ਦੱਸਣਾ ਕਿ ਇਸ ਲੋਹੜੀ ਦੇ ਤਿਉਹਾਰ ਨੂੰ ਲੈ ਕੇ ਤੁਹਾਡੀਆਂ ਕੀ ਉਮੀਦਾਂ ਨੇ, ਤੁਸੀਂ ਕੀ ਸੋਚ ਰਹੇ ਹੋ ਕਿ ਇਹ ਲੋਹੜੀ ਆ ਤੁਹਾਡੇ ਲਈ ਕਿੱਦਾਂ ਖੁਸ਼ਨੁਮਾ ਸਾਬਿਤ ਹੋਏਗੀ।